ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵੀਡੀਓ ਹੈ, ਇਹ ਲਾਸਟ ਵੀਡੀਓ ਹੈ ਪੰਜਾਬੀ ਪੈਡਾਗੋਜੀ ਦੀ। ਜਿਵੇਂ ਕਿ ਤੁਹਾਡਾ ਕੱਲ੍ਹ ਨੂੰ ਇਗਜ਼ਾਮ ਹੈ 31 ਜਨਵਰੀ ਨੂੰ, ਅਤੇ ਇਹ ਅੱਜ ਆਪਾਂ 30 ਜਨਵਰੀ ਨੂੰ ਲਾਸਟ ਵੀਡੀਓ ਰਿਕਾਰਡ ਕਰ ਰਹੇ ਹਾਂ, ਜਿੱਥੇ ਆਪਾਂ ਕੁਝ ਇੰਪੋਰਟੈਂਟ ਕੁਸ਼ਚਨ ਨੂੰ ਡਿਸਕਸ ਕਰਾਂਗੇ, ਜਿਹੜੇ ਕਿ ਤੁਹਾਡੇ ਇਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਹੋਣ ਵਾਲੇ ਨੇ। ਸੋ ਦੋਸਤੋ, ਤੁਸੀਂ ਆਪਣਾ ਜਿਹੜਾ ਸਾਥ ਹੈ ਜੀ ਉਹ ਬਣਾਈ ਰੱਖਣਾ ਹੈ, ਅਤੇ ਵੀਡੀਓ ਨੂੰ ਐਂਡ ਤੱਕ ਵੇਖਣਾ ਹੈ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਵੀਡੀਓ ਨੂੰ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ, ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਿਓ, ਬੈਲ ਆਈਕਨ ਵੀ ਪ੍ਰੈਸ ਕਰ ਲਿਓ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਕੁਸ਼ਚਨ ਤੋਂ। ਸੋ ਅੱਜ ਦਾ ਆਪਣਾ ਜਿਹੜਾ ਪਹਿਲਾ ਕੁਸ਼ਚਨ ਹੈ, ਇਹ ਹੈ ਪ੍ਰਾਇਮਰੀ ਸਕੂਲ ਦੇ ਕਿਸੇ ਵਿਦਿਆਰਥੀ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਾਇਮਰੀ ਸਕੂਲ ਦੇ ਕਿਸੇ ਵਿਦਿਆਰਥੀ ਵਿੱਚ ਸੁਣਨ ਅਤੇ ਬੋਲਣ ਕੌਸ਼ਲ ਨੂੰ ਵਿਕਸਿਤ ਕਰਨ ਲਈ ਹੇਠ ਲਿਖਿਆ ਵਿੱਚੋਂ ਕਿਹੜੀ ਰਣਨੀਤੀ ਵਧੇਰੇ ਉਪਯੋਗੀ ਹੁੰਦੀ ਹੈ। ਸੋ ਦੋਸਤੋ, ਇੱਥੇ ਗੱਲ ਕੀਤੀ ਜਾ ਰਹੀ ਹੈ ਪ੍ਰਾਇਮਰੀ ਸਕੂਲ ਦੇ ਕਿਸੇ ਵਿਦਿਆਰਥੀ ਦੀ, ਜਿਹਦੀ ਕਹਿ ਸਕਦੇ ਹਾਂ ਵੀ ਸੁਣਨ ਅਤੇ ਬੋਲਣ ਦੀ। ਸੋ ਇੱਥੇ ਸੁਣਨ ਦਾ ਮਤਲਬ ਹੈ ਜੀ ਲਿਸਨਿੰਗ, ਅਤੇ ਬੋਲਣਾ ਮਤਲਬ ਸਪੀਕਿੰਗ। ਸਪੀਕਿੰਗ ਅਤੇ ਲਿਸਨਿੰਗ ਸਕਿੱਲ ਨੂੰ ਵਿਕਸਿਤ ਕਰਨ ਲਈ, ਸੋ ਇਹਨਾਂ ਦੇ ਵਿੱਚੋਂ ਦੱਸੋ ਵੀ ਵਿੱਚ ਕਹਿ ਸਕਦੇ ਹਾਂ ਕਿ ਵਿੱਚ ਆਪਸ਼ਨ ਇਜ਼ ਕਰੈਕਟ, ਵੀ ਕਿਹੜੀ ਇਹਨਾਂ ਦੇ ਵਿੱਚ ਕੌਸ਼ਲ ਵਿਕਸਿਤ ਕਰਨ ਲਈ ਇਹਨਾਂ ਵਿੱਚੋਂ ਕਿਹੜੀ ਰਣਨੀਤੀ ਵਧੇਰੇ ਯੂਜ਼ਫੁਲ ਹੋਵੇਗੀ। ਕੀ ਇਹ ਕਹਾਣੀ ਸੁਣਨੀ ਅਤੇ ਸੁਲੇਖ ਲਿਖਣਾ ਇਹ ਇੰਪੋਰਟੈਂਟ ਹੋ ਸਕਦੀ ਹੈ, ਜਾਂ ਫਿਰ ਕਵਿਤਾ ਪਾਠ ਅਤੇ ਭਾਸ਼ਾਈ ਪ੍ਰਯੋਗਸ਼ਾਲਾ, ਜਾਂ ਫਿਰ ਅਭਿਨੈ ਅਤੇ ਖਬਰਾਂ ਪੜ੍ਹਨੀਆਂ, ਜਾਂ ਫਿਰ ਅਭਿਨੈ ਅਤੇ ਸੰਵਾਦ। ਸੋ ਦੋਸਤੋ, ਇੱਥੇ ਗੱਲ ਕਿਹਦੀ ਕੀਤੀ ਜਾ ਰਹੀ ਹੈ? ਸੁਣਨ ਅਤੇ ਬੋਲਣ ਦੀ। ਪਹਿਲੀ ਆਪਸ਼ਨ ਦੇ ਵਿੱਚ ਕੀ ਕਿਹਾ ਗਿਆ? ਪਹਿਲੀ ਆਪਸ਼ਨ ਦੇ ਵਿੱਚ ਜਿਵੇਂ ਕਿ ਫਸਟ ਇਹਨਾਂ ਨੇ ਕਹਾਣੀ ਸੁਣਾਉਣ ਦੀ ਗੱਲ ਤਾਂ ਕੀਤੀ ਹੈ, ਅਤੇ ਦੂਜੇ 'ਚ ਇਹਨਾਂ ਨੇ ਲਿਖਣ ਦੀ ਗੱਲ ਕੀਤੀ ਹੈ। ਸੋ ਇੱਥੇ ਮੇਨਲੀ ਲਿਖਣ ਦੀ ਗੱਲ ਤਾਂ ਕਿਤੇ ਕੀਤੀ ਨਹੀਂ ਗਈ ਕੁਸ਼ਚਨ ਦੇ ਵਿੱਚ। ਆਪਸ਼ਨ ਨੰਬਰ 2 ਦੇ ਵਿੱਚ ਲਿਖਿਆ ਹੋਇਆ ਵੀ ਕਵਿਤਾ ਪਾਠ ਅਤੇ ਭਾਸ਼ਾਈ ਪ੍ਰਯੋਗਸ਼ਾਲਾ। ਸੋ ਇਹਦੇ ਵਿੱਚ ਕਵਿਤਾ ਦਾ ਪਾਠ ਤਾਂ ਕਰਨਾ, ਅਤੇ ਭਾਸ਼ਾਈ ਪ੍ਰਯੋਗਸ਼ਾਲਾ ਇਹਦੇ ਵਿੱਚ ਵੀ ਖਾਸ ਕੋਈ ਗੱਲ ਕਲੀਅਰ ਹੋਈ ਨਹੀਂ। ਚਲੋ, ਫਿਰ ਵੀ ਆਪਾਂ ਇਹਨੂੰ ਇੱਕ ਵਾਰ ਸਾਈਡ 'ਤੇ ਰੱਖ ਦਿੰਦੇ ਹਾਂ, ਅਤੇ ਆਪਸ਼ਨ ਨੰਬਰ 3 ਨੂੰ ਵੇਖਦੇ ਹਾਂ। ਸੋ ਅਭਿਨੈ ਅਤੇ ਖਬਰਾਂ ਪੜ੍ਹਨੀਆਂ, ਸੋ ਇੱਥੇ ਖਬਰਾਂ ਪੜ੍ਹਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਅਤੇ ਅਭਿਨੈ ਕੀ ਹੁੰਦਾ ਜੀ? ਇਹਦੇ ਵਿੱਚ ਮਤਲਬ ਇਹ ਕਿ ਆਪਦੇ ਜਿਹੜੇ ਵੀ ਮਨ ਦੇ ਵਿਚਾਰ ਨੇ ਉਹ ਦੂਜੇ ਸਾਹਮਣੇ ਰੱਖਣੇ। ਸੋ ਦੋਸਤੋ, ਇੱਥੇ ਬੋਲਣ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਬਟ ਇੱਥੇ ਸੁਣਨ ਦੀ ਗੱਲ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿਤੇ ਕੀਤੀ ਗਈ। ਜੇਕਰ ਆਪਾਂ ਆਪਸ਼ਨ ਨੰਬਰ 4 ਨੂੰ ਵੇਖੀਏ, ਸੋ ਇੱਥੇ ਅਭਿਨੈ ਅਤੇ ਸੰਵਾਦ, ਮਤਲਬ ਇਹ ਕਿ ਅਸੀਂ ਗੱਲਬਾਤ ਕਰਨੀ ਹੈ ਬੱਚਿਆਂ ਨਾਲ, ਅਤੇ ਜਿਹੜੇ ਵੀ ਆਪਦੇ ਵਿਚਾਰ ਹੋਣਗੇ ਬੱਚੇ ਵੀ ਸਾਹਮਣੇ ਰੱਖਣਗੇ ਇੱਕ ਦੂਜੇ ਦੇ। ਸੋ ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਸੁਣਨ ਦੀ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨੇ ਜੀ, ਉਹ ਵੀ, ਅਤੇ ਬੋਲਣ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਨੇ ਜੀ, ਉਹ ਦੋਵੇਂ ਹੀ ਕੰਪਲੀਟ ਹੋਣਗੀਆਂ। ਸੋ ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਲਿਸਨਿੰਗ ਅਤੇ ਸਪੀਕਿੰਗ ਸਕਿੱਲ ਹੈ ਜੀ, ਇਹ ਦੋਵੇਂ ਹੀ ਇੰਪਰੂਵ ਹੋਣਗੀਆਂ ਅਤੇ ਡਿਵੈਲਪ ਹੋਣਗੀਆਂ। ਸੋ ਦੋਸਤੋ, ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਂਸਰ। ਸੋ ਇਸਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਹੈ ਜੀ, ਭਾਸ਼ਾ ਦੀ ਉਪਚਾਰਾਤਮਕ ਸਿੱਖਿਆ ਦਾ ਉਦੇਸ਼ ਕੀ ਹੈ ਜੀ? ਸੋ ਉਪਚਾਰਾਤਮਕ ਤਾਂ ਤੁਸੀਂ ਸਾਰੇ ਹੀ ਸਮਝਦੇ ਹੋ ਜੀ, ਜਿਹੜੀਆਂ ਰਿਮੇਡੀਅਲ ਕਲਾਸਿਸ ਹੁੰਦੀਆਂ ਨੇ, ਡਾਇਗਨੋਸਟਿਕ ਟੈਸਟ ਵਗੈਰਾ ਲਿਆ ਜਾਂਦਾ। ਸੋ ਇਹਦੇ ਵਿੱਚ ਜਦੋਂ ਵੀ ਆਪਾਂ ਰਿਮੇਡੀਅਲ ਕਲਾਸਿਸ ਵਗੈਰਾ ਲਗਾਉਂਦੇ ਹੁੰਦੇ ਹਾਂ, ਸੋ ਉਹਦਾ ਉਦੇਸ਼ ਮੇਨ ਹੁੰਦਾ ਕੀ ਹੈ? ਸੋ ਤੁਹਾਡੇ ਤੋਂ ਇਹੀ ਪੁੱਛਿਆ ਜਾ ਰਿਹਾ, ਵਿਦਿਆਰਥੀਆਂ ਦੀਆਂ ਸ਼ੁਰੂਆਤੀ ਗਲਤੀਆਂ ਨੂੰ ਸੁਧਾਰਨਾ, ਵੀ ਜਿਹੜੀਆਂ ਸ਼ੁਰੂਆਤ ਦੇ ਵਿੱਚ ਵਿਦਿਆਰਥੀ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਸੁਧਾਰ ਦਿੱਤਾ ਜਾਵੇ, ਜਾਂ ਫਿਰ ਆਪਸ਼ਨ ਨੰਬਰ 2 ਕਿ ਗਿਆਨ ਸੰਬੰਧੀ ਗਲਤੀਆਂ ਵਿੱਚ ਸੁਧਾਰ ਕਰਨਾ, ਜਿਹੜਾ ਕਿ ਬੱਚਿਆਂ ਦੇ ਵਿੱਚ ਉਹ ਕੁਝ ਗਲਤ ਚੀਜ਼ਾਂ ਨੂੰ ਆਪਦੇ ਅੰਦਰ ਉਹ ਲਈ ਬੈਠੇ ਆ, ਮਤਲਬ ਇਹ ਕਿ ਕੁਝ ਇਹੋ ਜਿਹੀਆਂ ਗੱਲਾਂ ਹੋਣਗੀਆਂ ਜਿਹਨੂੰ ਉਹ ਗਲਤ ਤਰੀਕੇ ਨਾਲ ਆਪਦੇ ਅੰਦਰੋਂ ਕਹਿ ਸਕਦੇ ਹਾਂ ਵੀ ਉਹਨੂੰ ਮੰਨੀ ਬੈਠੇ ਆ ਕਿ ਹਾਂ ਵੀ ਇਹ ਗੱਲਾਂ ਸਹੀ ਨੇ, ਕਿ ਆਪਾਂ ਉਹਨਾਂ ਨੂੰ ਸੁਧਾਰ ਕਰਨਾ ਹੈ, ਜਾਂ ਫਿਰ ਆਪਸ਼ਨ ਨੰਬਰ 3 ਕਿ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵਿਕਸਿਤ ਕਰਨਾ, ਵੀ ਜਿਹੜਾ ਵੀ ਉਹਨਾਂ ਦਾ ਕੌਨਫੀਡੈਂਸ ਹੈ ਜੀ ਉਹਨੂੰ ਤੁਸੀਂ ਇੰਪਰੂਵ ਕਰਨ ਲਈ ਪੂਰੀ ਕੋਸ਼ਿਸ਼ ਕਰੋਗੇ। ਸੋ ਦੋਸਤੋ, ਇਹਨਾਂ ਦੇ ਵਿੱਚੋਂ ਵਿੱਚ ਆਪਸ਼ਨ ਇਜ਼ ਰਾਈਟ। ਸੋ ਦੋਸਤੋ, ਇਹ ਸਾਰੇ ਹੀ ਜਿਹੜੀਆਂ ਗੱਲਾਂ ਨੇ, ਤਿੰਨੇ ਜਿਹੜੀਆਂ ਗੱਲਾਂ ਨੇ, ਇਹ ਆਪਣਾ ਉਪਚਾਰਾਤਮਕ ਸਿੱਖਿਆ ਦੇ ਵਿੱਚੋਂ ਵੀ ਆਪਣਾ ਉਦੇਸ਼ ਹੁੰਦਾ ਵੀ ਇਹਨਾਂ ਸਾਰੀਆਂ ਗੱਲਾਂ 'ਤੇ ਹੀ ਧਿਆਨ ਦਿੱਤਾ ਜਾਵੇ। ਸੋ ਇਸ ਦੇ ਅਕੋਰਡਿੰਗ ਜਿਹੜਾ ਆਪਸ਼ਨ ਨੰਬਰ 4 ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਸ਼ਚਨ 'ਤੇ। ਭਾਸ਼ਾ ਦੀ ਆਮ ਸਮਝ ਲਈ ਮੁਲਾਂਕਣ ਵਿੱਚ ਸਭ ਤੋਂ ਵੱਧ ਢੁਕਵੇਂ ਪ੍ਰਸ਼ਨ ਕਿਸ ਤਰ੍ਹਾਂ ਦੇ ਹੁੰਦੇ ਹਨ? ਸੋ ਦੋਸਤੋ, ਆਪਸ਼ਨ ਕੀ ਪੁੱਛਿਆ ਜਾ ਰਿਹਾ ਕੁਸ਼ਚਨ ਦੇ ਵਿੱਚੋਂ ਕਿ ਭਾਸ਼ਾ ਦੀ ਆਮ ਸਮਝ ਲਈ ਜਿਹੜਾ ਵੀ ਆਪਾਂ ਮੁਲਾਂਕਣ ਕਰਨਾ ਹੈ, ਇਹਦੇ ਵਿੱਚ ਸਭ ਨਾਲੋਂ ਢੁਕਵੇਂ ਪ੍ਰਸ਼ਨ ਕਿਹੜੇ ਹੋਣੇ ਚਾਹੀਦੇ ਨੇ, ਮਤਲਬ ਕਿ ਐਪਰੋਪ੍ਰੀਏਟ ਸਹੀ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੁੰਦੇ ਨੇ, ਕਿਹਦੇ ਲਈ ਪੁੱਛਿਆ ਜਾ ਰਿਹਾ ਜਦੋਂ ਵੀ ਤੁਸੀਂ ਈਵੈਲੂਏਸ਼ਨ ਕਰਨੀ ਹੈ, ਕਿਹਦੀ ਈਵੈਲੂਏਸ਼ਨ ਕਰਨੀ ਹੈ ਜੀ? ਭਾਸ਼ਾ ਦੀ। ਭਾਸ਼ਾ ਦੀ ਤੁਸੀਂ ਆਮ ਜਿਹੜੀ ਸਮਝ ਹੁੰਦੀ ਹੈ ਵੀ ਤੁਹਾਨੂੰ ਭਾਸ਼ਾ ਦੇ ਬਾਰੇ ਕਿੰਨਾ ਕੁ ਤੁਸੀਂ ਜਾਣਦੇ ਹੋ, ਸੋ ਇਹਨੂੰ ਤੁਸੀਂ ਚੈੱਕ ਕਰਨ ਲਈ ਤੁਸੀਂ ਕਿਹੜੇ ਪ੍ਰਸ਼ਨ ਪੁੱਛੋਗੇ? ਅਤਿ ਲਘੂ ਉੱਤਰ ਵਾਲੇ ਪ੍ਰਸ਼ਨ, ਨਿਬੰਧਨਾਤਮਕ ਪ੍ਰਸ਼ਨ, ਲੰਮੇ ਉੱਤਰ ਵਾਲੇ ਪ੍ਰਸ਼ਨ, ਜਾਂ ਫਿਰ ਵਸਤੂਨਿਸ਼ਠ ਪ੍ਰਸ਼ਨ। ਦੋਸਤੋ, ਵਸਤੂਨਿਸ਼ਠ ਪ੍ਰਸ਼ਨ ਤੁਹਾਨੂੰ ਪਤਾ ਹੀ ਹੋਏਗਾ, ਇਹਨੂੰ ਕਹਿ ਸਕਦੇ ਹਾਂ ਵੀ ਓਬਜੈਕਟਿਵ ਟਾਈਪ ਕੁਸ਼ਚਨ ਹੁੰਦੇ ਨੇ। ਆਪਸ਼ਨ ਨੰਬਰ 2 ਦੇ ਵਿੱਚ ਲੌਂਗ ਪ੍ਰਸ਼ਨ ਹੁੰਦੇ ਨੇ, ਅਤੇ ਆਪਸ਼ਨ ਨੰਬਰ 3 ਹੁੰਦੇ ਨੇ ਐਸੇ ਟਾਈਪ ਕੁਸ਼ਚਨ, ਅਤੇ ਆਪਸ਼ਨ ਨੰਬਰ 1 ਕੀ ਹੈ ਜੀ, ਇਹ ਸ਼ਾਰਟ ਆਨਸਰ ਟਾਈਪ ਕੁਸ਼ਚਨ। ਜੇ ਦੋਸਤੋ ਆਪਾਂ ਆਮ ਸਮਝ ਲਈ, ਜੇਕਰ ਦੋਸਤੋ ਆਮ ਸਮਝ ਦੀ ਗੱਲ ਕਰੀਏ, ਸੋ ਆਪਾਂ ਆਮ ਸਮਝ
ਵੀ ਹੋਏ ਨੇ ਜਿਹੜੇ ਕਿ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਜਦੋਂ ਵੀ ਜਨਮ ਲੈਂਦੇ ਨੇ ਉਹਨਾਂ ਦੇ ਵਿੱਚ ਕੁਝ ਆਈਨੇਟ ਕੈਪੇਬਿਲਿਟੀਜ਼ ਹੁੰਦੀਆਂ ਨੇ ਕੱਲ ਵੀ ਆਪਾਂ ਇਹਦੀ ਗੱਲ ਕੀਤੀ ਸੀਗੀ ਦੋਸਤੋ ਸੋ ਉਹਨਾਂ ਨੇ ਲੈਂਗੁਏਜ ਐਕਵਾਈਜੀਸ਼ਨ ਡਿਵਾਈਸ ਦੀ ਵੀ ਗੱਲ ਕੀਤੀ ਸੀਗੀ ਸੋ ਇਹ ਕਿਹਨੇ ਗੱਲ ਕੀਤੀ ਹੈ ਜੀਨ ਪਿਆਜੇ ਨੇ ਵਾਇਗੋਡਸਕੀ ਨੇ ਜਾਂ ਫਿਰ ਚੌਮਸਕੀ ਨੇ ਜਾਂ ਫਿਰ ਪੈਵਲੋਵ ਨੇ ਸੋ ਦੋਸਤੋ ਪੈਵਲੋਵ ਦਾ ਕੁੱਤੇ ਵਾਲੀ ਥਿਊਰੀ ਸੀਗੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਏਗਾ ਸੋ ਇੱਥੇ ਜਿਹੜਾ ਸਹੀ ਜਵਾਬ ਹੈ ਉਹ ਹੈ ਚੌਮਸਕੀ ਠੀਕ ਹੈ ਦੋਸਤੋ ਨੋਮ ਚੌਮਸਕੀ ਦੀ ਗੱਲ ਹੈ ਜੀ ਇੱਥੇ ਆਪਸ਼ਨ ਨੰਬਰ 2 ਇਹੀ ਕਹਿੰਦੇ ਸੀਗੇ ਕਿ ਬੱਚੇ ਭਾਸ਼ਾ ਸਿੱਖਣ ਦੀ ਜਨਦਾ ਸਮਰੱਥਾ ਲੈ ਕੇ ਪੈਦਾ ਹੁੰਦੇ ਨੇ ਸੋ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਸੋ ਇਸ ਦੇ ਨਾਲ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਜੇਕਰ ਕੋਈ ਲੜਕੀ ਹਿੰਦੀ ਖੇਤਰ ਤੋਂ ਤੁਹਾਡੇ ਖੇਤਰ ਵਿੱਚ ਆਉਂਦੀ ਹੈ ਤਾਂ ਤੁਸੀਂ ਤਾਂ ਉਹ ਤੁਹਾਡੀ ਭਾਸ਼ਾ ਦਾ ਪ੍ਰਯੋਗ ਕਰਦੇ ਸਮੇਂ ਗਲਤੀ ਕਰਦੀ ਹੈ ਉਸ ਸਮੇਂ ਇੱਕ ਅਧਿਆਪਕ ਵਜੋਂ ਤੁਸੀਂ ਇੱਕ ਉਹਨਾਂ ਇਹਨਾਂ ਵਿੱਚੋਂ ਕਿਹੜੇ ਕਥਨ ਨੂੰ ਠੀਕ ਮੰਨੋਗੇ ਸੋ ਦੋਸਤੋ ਦੱਸੋ ਕਿ ਜੇਕਰ ਕੋਈ ਲੜਕੀ ਹੈ ਹਿੰਦੀ ਖੇਤਰ ਤੋਂ ਤੁਹਾਡੇ ਖੇਤਰ ਵਿੱਚ ਆਉਂਦੀ ਹੈ ਤਾਂ ਤੁਹਾਡੀ ਭਾਸ਼ਾ ਦਾ ਪ੍ਰਯੋਗ ਕਰਦੇ ਸਮੇਂ ਸੋ ਮੰਨ ਕੇ ਚੱਲੋ ਪੰਜਾਬੀ ਦੀ ਕਲਾਸ ਸੀਗੀ ਉਹ ਹਿੰਦੀ ਖੇਤਰ ਤੋਂ ਆਈ ਸੀਗੀ ਉਹ ਕੋਈ ਵੀ ਬੱਚੀ ਸੀ ਸੋ ਉਹ ਜਦੋਂ ਵੀ ਗਲਤੀਆਂ ਕਰਦੀ ਹੈ ਸੋ ਤੁਸੀਂ ਐਜ਼ ਅ ਟੀਚਰ ਕੀ ਕਰੋਗੇ ਸੋ ਕਿਹੜੀ ਗੱਲ ਨੂੰ ਤੁਸੀਂ ਠੀਕ ਮੰਨੋਗੇ ਆਪਸ਼ਨਾਂ ਨੂੰ ਪੜ੍ਹਦੇ ਹਾਂ ਜੀ ਉਸ ਨੂੰ ਉਸ ਦੀ ਗਲਤੀ ਬਾਰੇ ਵਾਰ ਵਾਰ ਯਾਦ ਕਰਾਵਾਂਗੇ ਆਪਾਂ ਜਾਂ ਫਿਰ ਆਪਸ਼ਨ ਨੰਬਰ 2 ਉਸ ਨੂੰ ਭਾਸ਼ਾ ਦੇ ਪ੍ਰਯੋਗ ਦੇ ਹੋਰ ਮੌਕੇ ਦੇਵਾਂਗੇ ਜਾਂ ਫਿਰ ਆਪਸ਼ਨ ਨੰਬਰ 3 ਵੀ ਉਸ ਨੂੰ ਭਾਸ਼ਾ ਬੋਲਣ ਲਈ ਘੱਟੋ ਘੱਟ ਅੱਧਾ ਘੰਟਾ ਰੋਜ਼ ਅਭਿਆਸ ਕਰਨ ਲਈ ਕਹਿਣਾ ਚਾਹੀਦਾ ਹੈ ਜਾਂ ਫਿਰ ਆਪਸ਼ਨ ਨੰਬਰ 4 ਨਵੀਂ ਭਾਸ਼ਾ ਦੇ ਪ੍ਰਯੋਗ ਵਿੱਚ ਉਸ ਦੀ ਮਾਂ ਬੋਲੀ ਦੇ ਪ੍ਰਭਾਵ ਦੀ ਛੋਟ ਉਸ ਨੂੰ ਨਹੀਂ ਦੇਣੀ ਚਾਹੀਦੀ ਸੋ ਦੋਸਤੋ ਵਿੱਚ ਆਪਸ਼ਨ ਇਜ਼ ਰਾਈਟ ਸੋ ਦੋਸਤੋ ਇੱਥੇ ਸਹੀ ਜਵਾਬ ਹੋਏਗਾ ਆਪਸ਼ਨ ਨੰਬਰ 2 ਕਿਉਂ ਹੋਏਗਾ ਕਿਉਂਕਿ ਆਪਾਂ ਉਹਨੂੰ ਵੱਧ ਤੋਂ ਵੱਧ ਮੌਕੇ ਦੇਣੇ ਆ ਭਾਸ਼ਾ ਪ੍ਰਯੋਗ ਦੇ ਪ੍ਰੈਕਟੀਕਲ ਕੰਮ ਹੋ ਰਿਹਾ ਜੀ ਇੱਥੇ ਇਹਦੇ ਨਾਲ ਇਹਨੂੰ ਓਪਰਚੁਨਿਟੀਜ਼ ਦਿੱਤੀਆਂ ਜਾ ਰਹੀਆਂ ਸੋ ਜਿਹਦੇ ਕਰਕੇ ਜਿਹੜੀ ਬੱਚੀ ਹੈ ਜੀ ਉਹ ਭਾਸ਼ਾ ਸਿੱਖ ਸਕਦੀ ਹੈ ਸੋ ਆਪਸ਼ਨ ਨੰਬਰ 2 ਕੀ ਹੈ ਜੀ ਇਹ ਸਹੀ ਜਵਾਬ ਹੈ ਆਪਸ਼ਨ ਨੰਬਰ 1 ਦੇ ਵਿੱਚ ਕਹਿ ਰਿਹਾ ਕਿ ਵਾਰ ਵਾਰ ਤੁਸੀਂ ਉਹਦੀਆਂ ਗਲਤੀਆਂ ਨੂੰ ਯਾਦ ਕਰਵਾਓ ਸੋ ਇਹ ਗੱਲ ਕਿਤੇ ਸਹੀ ਨਹੀਂ ਤੁਸੀਂ ਉਹਨੂੰ ਕੁਝ ਕਰਵਾਓ ਨਾ ਵੀ ਗਲਤੀਆਂ ਹੀ ਯਾਦ ਕਿਉਂ ਕਰਵਾਓਗੇ ਉਹਨੂੰ ਤੁਸੀਂ ਉਹਨੂੰ ਕਰੈਕਟ ਨਹੀਂ ਕਰ ਰਹੇ ਆਪਸ਼ਨ ਨੰਬਰ 3 ਦੇ ਵਿੱਚ ਦੱਸਿਆ ਜਾ ਰਿਹਾ ਕਿ ਤੁਸੀਂ ਰੋਜ਼ ਉਹਨੂੰ ਅੱਧਾ ਘੰਟਾ ਅਭਿਆਸ ਕਰਨ ਲਈ ਕਿਹਾ ਜਾ ਰਿਹਾ ਸੋ ਇੱਥੇ ਨਵੀਂ ਭਾਸ਼ਾ ਆਪਸ਼ਨ ਨੰਬਰ 4 ਦੇ ਵਿੱਚ ਨਵੀਂ ਭਾਸ਼ਾ ਦੇ ਪ੍ਰਯੋਗ ਵਿੱਚ ਉਸਦੀ ਮਾਂ ਬੋਲੀ ਦੇ ਪ੍ਰਭਾਵ ਦੀ ਛੋਟ ਉਸ ਨੂੰ ਨਹੀਂ ਦੇਣੀ ਚਾਹੀਦੀ ਹੈ ਸੋ ਇਹ ਕਿਤੇ ਨਾ ਕਿਤੇ ਵੀ ਆਪਸ਼ਨ ਨੈਗੇਟਿਵ ਹੈ ਜੀ ਸੋ ਆਪਸ਼ਨ ਨੰਬਰ 2 ਕੀ ਹੈ ਜੀ ਇਹ ਤੁਹਾਡਾ ਸੀ ਜਵਾਬ ਹੈ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਜਿਹਦੇ ਆਪਣੇ ਨੈਕਸਟ ਕੁਐਸਚਨ ਤੇ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਉਦੇਸ਼ ਲਈ ਭਾਸ਼ਾ ਨੂੰ ਸਿੱਖਣ ਦੀ ਲੋੜ ਨਹੀਂ ਹੁੰਦੀ ਹੈ ਸੋ ਦੋਸਤੋ ਦੱਸੋ ਵਿੱਚ ਆਪਸ਼ਨ ਇਜ਼ ਰਾਈਟ ਵੀ ਇਹਨਾਂ ਦੇ ਵਿੱਚੋਂ ਪੜ੍ਹੋ ਕਿ ਕਿਹੜੇ ਉਦੇਸ਼ ਲਈ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੁੰਦੀ ਸੋ ਮਤਲਬ ਇਹ ਕਿ ਇੱਥੇ 3 ਉਦੇਸ਼ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਭਾਸ਼ਾ ਦੀ ਸਿੱਖਣ ਦੀ ਲੋੜ ਹੁੰਦੀ ਹੈ ਸੋ ਜੀਵਨ ਦੇ ਵਿਭਿੰਨ ਪੜਾਵਾਂ ਨੂੰ ਜਾਣਨ ਲਈ ਕਿ ਭਾਸ਼ਾ ਦੀ ਲੋੜ ਹੁੰਦੀ ਹੈ ਭਾਸ਼ਾ ਦੇ ਬੋਧ ਨੂੰ ਸਿੱਖਣ ਲਈ ਜਾਂ ਫਿਰ ਆਂਤਰਿਕ ਸਵਰ ਨੂੰ ਆਂਤਰਿਕ ਜਿਹੜੇ ਸਵਰ ਹੁੰਦੇ ਨੇ ਉਹਨੂੰ ਕਹਿਣ ਤੇ ਸੁਣਨ ਲਈ ਜਾਂ ਫਿਰ ਜੀਵਨ ਦੀਆਂ ਵਿਭਿੰਨ ਜ਼ਰੂਰਤਾਵਾਂ ਨੂੰ ਪੂਰਾ ਕਰਨ ਲਈ ਸੋ ਦੋਸਤੋ ਇਹ ਜਿਹੜੀਆਂ 3 ਆਪਸ਼ਨਾਂ ਨੇ ਜਿਵੇਂ ਕਿ ਫਸਟ ਵਿਭਿੰਨ ਪੜਾਵਾਂ ਨੂੰ ਜਾਣਨ ਲਈ ਭਾਸ਼ਾ ਦੀ ਲੋੜ ਹੁੰਦੀ ਹੈ ਆਂਤਰਿਕ ਜਿਹੜੇ ਸਵਰ ਹੁੰਦੇ ਨੇ ਉਹਨਾਂ ਦੇ ਕਹਿਣ ਤੇ ਸੁਣਨ ਲਈ ਵੀ ਭਾਸ਼ਾ ਦੀ ਸਾਨੂੰ ਲੋੜ ਪੈਂਦੀ ਹੈ ਜੇਕਰ ਆਪਸ਼ਨ ਨੰਬਰ 4 ਨੂੰ ਵੇਖਿਆ ਵੀ ਜੀਵਨ ਦੀਆਂ ਵਿਭਿੰਨ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਵੀ ਆਪਾਂ ਨੂੰ ਭਾਸ਼ਾ ਸਿੱਖਣ ਦੀ ਲੋੜ ਹੈ ਜੀ ਉਹ ਪੈਂਦੀ ਹੈ ਜੇਕਰ ਆਪਾਂ ਆਪਸ਼ਨ ਨੰਬਰ 2 ਨੂੰ ਵੇਖੀਏ ਭਾਸ਼ਾ ਦੇ ਬੋਧ ਨੂੰ ਸਿੱਖਣ ਲਈ ਵੀ ਭਾਸ਼ਾ ਦਾ ਜਿਹੜਾ ਅਹਿਸਾਸ ਹੁੰਦਾ ਹੈ ਸੋ ਉਹਨੂੰ ਸਿੱਖਣ ਲਈ ਆਪਾਂ ਨੂੰ ਭਾਸ਼ਾ ਦੀ ਲੋੜ ਸਿੱਖਣ ਦੀ ਲੋੜ ਨਹੀਂ ਪੈਂਦੀ ਸੋ ਆਪਸ਼ਨ ਨੰਬਰ 2 ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਭਾਸ਼ਾ ਦੇ ਮੁਲਾਂਕਣ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਭਾਸ਼ਾ ਦੇ ਮੁਲਾਂਕਣ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ ਜੀ ਸਿਖਿਆਰਥੀਆਂ ਦੀਆਂ ਗਲਤੀਆਂ ਦੀ ਖੋਜ ਕਰਨੀ ਜਿਹੜੇ ਵੀ ਸਿਖਿਆਰਥੀ ਗਲਤੀਆਂ ਕਰ ਰਹੇ ਨੇ ਲਰਨਰਸ ਹੈਗੇ ਨੇ ਸੋ ਉਹਨਾਂ ਨੂੰ ਲੱਭਣਾ ਜਾਂ ਫਿਰ ਆਪਸ਼ਨ ਨੰਬਰ 2 ਵੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਪ੍ਰੋਤਸਾਹਨ ਲਈ ਫੈਸਲਾ ਕਰਨਾ ਜਾਂ ਫਿਰ ਆਪਸ਼ਨ ਨੰਬਰ 3 ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਆਂਕਲਨ ਕਰਨਾ ਜਾਂ ਫਿਰ ਆਪਸ਼ਨ ਨੰਬਰ 4 ਗਲਤੀਆਂ ਦਾ ਪਤਾ ਲਗਾ ਕੇ ਸਿੱਖਣ ਦੀ ਘਾਟ ਨੂੰ ਪੂਰਾ ਕਰਨ ਲਈ ਉਪਾਅ ਕਰਨਾ ਸੋ ਦੋਸਤੋ ਇੱਥੇ ਉਪਾਅ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਕਿ ਤੁਸੀਂ ਸੋਲੂਸ਼ਨ ਲੱਭੋਗੇ ਸੋ ਦੋਸਤੋ ਕਿਤੇ ਨਾ ਕਿਤੇ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਇਹੀ ਕੁਐਸਚਨ ਬੈਸਟ ਹੋਏਗਾ ਆਪਸ਼ਨ ਹੈ ਜੀ ਕਿਉਂਕਿ ਜਦੋਂ ਆਪਾਂ ਨੂੰ ਗਲਤੀਆਂ ਦਾ ਪਤਾ ਲੱਗ ਗਿਆ ਆਪਾਂ ਸਿੱਖਣ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਲੈਕ ਆਫ ਜਿਹੜੀ ਵੀ ਲਰਨਿੰਗ ਉਹਦੀ ਕਹਿ ਸਕਦੇ ਹਾਂ ਵੀ ਉਹਦੀ ਕਮੀ ਨੂੰ ਪੂਰਾ ਕਰਨ ਲਈ ਆਪਾਂ ਕੋਈ ਨਾ ਕੋਈ ਸੋਲੂਸ਼ਨ ਲੱਭਾਂਗੇ ਠੀਕ ਆ ਦੋਸਤੋ ਸੋ ਆਪਸ਼ਨ ਨੰਬਰ 4 ਕੀ ਹੈ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਤੇ ਬਾਕੀ ਦੇ ਜਿਹੜੇ ਆਪਸ਼ਨ ਹੋ ਜਾਣਗੇ ਇਹ ਹੋ ਜਾਣਗੇ ਗਲਤ ਆਪਸ਼ਨ ਨੰਬਰ 1 2 ਤੇ 3 ਇਹ ਹੋ ਜਾਣਗੇ ਜੀ ਗਲਤ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵਿਸ਼ੇਸ਼ ਪ੍ਰਕਿਰਤੀ ਦੇ ਬੱਚਿਆਂ ਚਿਲਡਰਨ ਵਿਦ ਸਪੈਸ਼ਲ ਨੀਡ ਨੂੰ ਲੇਖਣ ਕੁਐਸਚਨ ਲਈ ਕਿਸ ਦੀ ਜ਼ਰੂਰਤ ਪੈਂਦੀ ਹੈ ਸੋ ਦੋਸਤੋ ਇੱਥੇ ਚਿਲਡਰਨ ਵਿਦ ਸਪੈਸ਼ਲ ਨੀਡ ਹੈ ਇੱਥੇ ਗੱਲ ਕਿਹਦੀ ਕੀਤੀ ਗਈ ਹੈ ਜੀ ਲੇਖਣ ਕੌਸ਼ਲ ਦੀ ਗੱਲ ਕੀਤੀ ਗਈ ਹੈ ਸੋ ਦੋਸਤੋ ਦੱਸੋ ਕਿ ਵਿਚਾਰਾਂ ਦੀ ਮੌਲਿਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਪ੍ਰਤੀਕਾਤਮਕ ਭਾਸ਼ਾ ਦਾ ਪ੍ਰਯੋਗ ਜ਼ਰੂਰੀ ਹੈ ਜਾਂ ਫਿਰ ਸਹੀ ਸ਼ਬਦਾਵਲੀ ਦਾ ਪ੍ਰਯੋਗ ਜਾਂ ਫਿਰ ਸੁੰਦਰ ਲਿਖਾਈ ਸੋ ਦੋਸਤੋ ਜੇ ਤੁਸੀਂ ਧਿਆਨ ਨਾਲ ਵੇਖੋ ਵੀ ਇੱਥੇ ਗੱਲ ਕਿਹਦੀ ਕੀਤੀ ਗਈ ਹੈ ਲੇਖਣ ਕੌਸ਼ਲ ਦੀ ਬਟ ਜਦੋਂ ਆਪਾਂ ਲੇਖਣ ਕੌਸ਼ਲ ਨੂੰ ਧਿਆਨ ਨਾਲ ਵੇਖਿਆ ਹੀ ਨਹੀਂ ਤੇ ਆਪਾਂ ਨੂੰ ਲੱਗੂਗਾ ਕਿ ਯਾਰ ਵਿਚਾਰਾਂ ਦੀ ਮੌਲਿਕਤਾ ਤਾਂ ਸਹੀ ਲੱਗ ਰਿਹਾ ਸੋ ਤੁਸੀਂ ਕੀ ਕਰੋਗੇ ਤੁਸੀਂ ਐਗਜ਼ਾਮ ਦੇ ਵਿੱਚ ਉੱਥੇ ਲਾ
ਠੀਕ ਆ ਦੋਸਤੋ ਸੋ ਇਹ ਇੱਥੇ ਤੁਹਾਡਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਵੇਗਾ ਕਿ ਜਿਹੜੇ ਵਰਡ ਹੈਗੇ ਨੇ ਜੀ ਤੁਸੀਂ ਕਿਹੜੀ ਸਿਚੁਏਸ਼ਨ ਦੇ ਵਿੱਚ ਕਿਹੜੇ ਐਪਰੋਪ੍ਰੀਏਟ ਵਰਡ ਯੂਜ਼ ਕਰ ਸਕਦੇ ਹੋ ਸੋ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੋਏਗਾ ਕਿ ਲੇਖਣ ਕੌਸ਼ਲ ਲਈ ਇਸ ਦੀ ਜਿਹੜੀ ਜ਼ਰੂਰਤ ਹੈ ਜੀ ਉਹ ਸਾਨੂੰ ਵੱਧ ਪੈਂਦੀ ਹੈ ਸੋ ਆਪਸ਼ਨ ਨੰਬਰ 3 ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਵੀ ਭਾਸ਼ਾ ਵਿੱਚ ਨਿਰੰਤਰ ਅਤੇ ਵਿਆਪਕ ਮੁਲਾਂਕਣ ਲਈ ਕਿਹੜੀ ਗੱਲ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਸੋ ਭਾਸ਼ਾ ਦੇ ਨਿਰੰਤਰ ਕੰਟੀਨਿਊਸ ਐਂਡ ਵਿਆਪਕ ਕਹਿ ਸਕਦੇ ਹਾਂ ਵੀ ਸੀਸੀ ਜਿਹੜਾ ਕਹਿ ਸਕਦੇ ਹਾਂ ਵੀ ਉਹ ਤੁਸੀਂ ਵੇਖਿਆ ਹੋਣਾ ਇਵੈਲੂਏਸ਼ਨ ਹੁੰਦੀ ਹੈ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹੁੰਦੇ ਹਾਂ ਸੋ ਇਹਦੇ ਵਿੱਚ ਕਿਹਦੇ 'ਤੇ ਵੱਧ ਜ਼ੋਰ ਦੇਣਾ ਚਾਹੀਦਾ ਠੀਕ ਸ਼ਬਦਾਵਲੀ 'ਤੇ ਪਰਿਯੋਜਨਾ ਕਾਰਜ 'ਤੇ ਜਾਂ ਫਿਰ ਸ਼ੁੱਧ ਉਚਾਰਨ 'ਤੇ ਜਾਂ ਫਿਰ ਆਪਸ਼ਨ ਨੰਬਰ 4 ਕਿ ਭਾਸ਼ਾ ਦੀ ਵਿਭਿੰਨ ਸੰਦਰਭਾਂ ਵਿੱਚ ਪ੍ਰਯੋਗ ਕਰਨ ਦੀ ਯੋਗਤਾ 'ਤੇ ਸੋ ਦੋਸਤੋ ਇਹ ਕੁਐਸਚਨ ਤਾਂ ਮੈਨੂੰ ਲੱਗਦਾ ਐਕਸਪਲੇਨ ਕਰਨ ਦੀ ਵੀ ਨਹੀਂ ਲੋੜ ਤੁਸੀਂ ਸਾਰਿਆਂ ਨੇ ਆਪਸ਼ਨ ਨੰਬਰ 4 'ਤੇ ਹੀ ਟਿਕ ਕਰ ਦਿੱਤਾ ਹੋਊਗਾ ਕਿਉਂਕਿ ਭਾਸ਼ਾ ਦੀ ਵਿਭਿੰਨ ਜਿਹੜੇ ਸੰਦਰਭਾਂ ਵਿੱਚ ਪ੍ਰਯੋਗ ਕਰਨ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਸੋ ਉਹਦੀ ਜਿਹੜੀ ਕੈਪੇਬਿਲਿਟੀਜ਼ ਹੈਗੀ ਹੈ ਜੀ ਸੋ ਇਹਨੂੰ ਹੀ ਆਪਾਂ ਇਹਦੇ 'ਤੇ ਹੀ ਆਪਾਂ ਮੇਨ ਹੈ ਜੀ ਜੋੜ ਜਿਹੜਾ ਸਟ੍ਰੈਸ ਹੈ ਜੀ ਉਹ ਦਿੰਦੇ ਹਾਂ ਸੋ ਆਪਸ਼ਨ ਨੰਬਰ 4 ਕੀ ਹੈ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੋਏਗਾ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਇੱਥੇ ਗੱਲ ਕੀਤੀ ਜਾ ਰਹੀ ਹੈ ਬਹੁ ਭਾਸ਼ਾਵਾਦ ਦੀ ਮਲਟੀਲਿੰਗੁਅਲਿਜ਼ਮ ਦੀ ਗੱਲ ਕੀਤੀ ਜਾ ਰਹੀ ਹੈ ਜੀ ਸੋ ਬਹੁ ਭਾਸ਼ਾਵਾਦ ਕੀ ਹੈ ਜੀ ਭਾਸ਼ਾ ਸਿਖਾਉਣ ਵਿੱਚ ਇੱਕ ਰੁਕਾਵਟ ਹੈ ਜੀ ਜਿਵੇਂ ਮੰਨ ਕੇ ਚੱਲੋ ਇੱਕ ਕਲਾਸ ਦੇ ਵਿੱਚ ਵਿਭਿੰਨ ਪ੍ਰਕਾਰ ਦੇ ਜਿਹੜੇ ਵੀ ਲੋਕ ਬੱਚੇ ਹੈਗੇ ਨੇ ਜੀ ਡਿਫਰੈਂਟ ਬੈਕਗ੍ਰਾਉਂਡ ਤੋਂ ਆਉਂਦੇ ਨੇ ਸੋ ਉਹਦੇ ਜਿਹੜੇ ਉਹਨਾਂ ਦੀ ਲੈਂਗੁਏਜ ਹੈ ਜੀ ਉਹ ਡਿਫਰੈਂਟ ਲੈਂਗੁਏਜ ਬੋਲਦੇ ਨੇ ਸੋ ਉਹਨਾਂ ਦੇ ਉਹ ਕੀ ਹੈ ਜੀ ਉਹ ਰੁਕਾਵਟ ਬਣਦੇ ਨੇ ਜਾਂ ਫਿਰ ਭਾਸ਼ਾਈ ਸਾਧਨਾਂ ਲਈ ਖਤਰਨਾਕ ਹੈ ਜੀ ਜਾਂ ਫਿਰ ਭਾਸ਼ਾ ਸਿੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ ਜੀ ਜਾਂ ਫਿਰ ਇੱਕ ਭਾਸ਼ਾ ਸਿੱਖਣ ਵਿੱਚ ਇੱਕ ਰੁਕਾਵਟ ਹੈ ਸੋ ਦੋਸਤੋ ਆਪਸ਼ਨ ਨੰਬਰ 3 ਕੀ ਹੈ ਜੀ ਭਾਸ਼ਾ ਸਿੱਖਣ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ ਆਪਾਂ ਲੈਂਗੁਏਜ ਨੂੰ ਮਲਟੀਲਿੰਗੁਅਲਿਜ਼ਮ ਨੂੰ ਆਪਾਂ ਕੀ ਵੇਖਦੇ ਹਾਂ ਜੀ ਲੈਂਗੁਏਜ ਐਜ਼ ਅ ਰਿਸੋਰਸ ਵੇਖਦੇ ਹਾਂ ਸੋ ਆਪਸ਼ਨ ਨੰਬਰ 3 ਕੀ ਹੈ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਕਿ ਆਪਾਂ ਕਦੇ ਵੀ ਲੈਂਗੁਏਜ ਨੂੰ ਜੇਕਰ ਆਪਾਂ ਬਹੁ ਭਾਸ਼ਾਵਾਦ ਕਲਾਸ ਦੇ ਵਿੱਚ ਹੈਗਾ ਵਾ ਭਿੰਨ ਭਿੰਨ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਕਲਾਸ ਦੇ ਵਿੱਚ ਸੋ ਆਪਾਂ ਉਹਨੂੰ ਐਜ਼ ਅ ਕਹਿ ਸਕਦੇ ਹਾਂ ਵੀ ਐਜ਼ ਅ ਰਿਸੋਰਸ ਹੀ ਉਹਨੂੰ ਵੇਖਦੇ ਹਾਂ ਜਿਹੜਾ ਟੀਚਰ ਹੋਵੇਗਾ ਵੀ ਉਹਨੂੰ ਐਜ਼ ਅ ਰਿਸੋਰਸ ਹੀ ਵੇਖੇਗਾ ਐਜ਼ ਅ ਰੁਕਾਵਟ ਨਹੀਂ ਵੇਖੇਗਾ ਸੋ ਆਪਸ਼ਨ ਨੰਬਰ 3 ਕੀ ਹੈ ਜੀ ਸਹੀ ਜਵਾਬ ਹੈ ਜੀ ਭਾਸ਼ਾ ਦਾ ਜਿਹੜਾ ਮੁੱਢਲਾ ਰੂਪ ਹੈ ਜੀ ਅਰਲੀਅਸਟ ਰੂਪ ਹੈ ਜੀ ਉਹ ਕੀ ਹੈ ਸੰਕੇਤ ਭਾਸ਼ਾ ਵਿਆਕਰਨ ਲਿਖਿਤ ਭਾਸ਼ਾ ਜਾਂ ਫਿਰ ਮੌਖਿਕ ਭਾਸ਼ਾ ਸੋ ਦੱਸੋ ਵਿੱਚ ਆਪਸ਼ਨ ਇਜ਼ ਰਾਈਟ ਵੀ ਭਾਸ਼ਾ ਦਾ ਜਿਹੜਾ ਅਰਲੀਅਸਟ ਰੂਪ ਹੈ ਜਿਵੇਂ ਪਹਿਲਾਂ ਆਦਿ ਮਾਨਵ ਹੁੰਦੇ ਸੀਗੇ ਆਦਿ ਮਾਨਵ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਊਗਾ ਜੀ ਕਿ ਜਿਹੜੇ ਵੀ ਅਰਲੀ ਮੈਨ ਹੁੰਦੇ ਸੀਗੇ ਸੋ ਉਹ ਕੀ ਯੂਜ਼ ਕਰਦੇ ਹੁੰਦੇ ਸੀਗੇ ਜਿਵੇਂ ਕਿ ਪਹਿਲਾਂ ਤਾਂ ਭਾਸ਼ਾ ਤਾਂ ਹੁੰਦੀ ਨਹੀਂ ਸੀ ਉਹ ਇਸ਼ਾਰਿਆਂ ਨਾਲ ਇੱਕ ਦੂਜੇ ਨੂੰ ਗੱਲ ਸਮਝਾਉਂਦੇ ਹੁੰਦੇ ਸੀਗੇ ਫਿਰ ਹੌਲੀ ਹੌਲੀ ਕਹਿ ਸਕਦੇ ਹਾਂ ਵੀ ਮੌਖਿਕ ਭਾਸ਼ਾ ਦਾ ਵਿਕਾਸ ਹੋ ਗਿਆ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਫਿਰ ਇਸੇ ਤਰ੍ਹਾਂ ਹੀ ਉਹਨਾਂ ਰੌਲਿਆਂ ਨੇ ਕੀ ਕਰ ਲਿਆ ਜੀ ਉਹਨਾਂ ਰੌਲਿਆਂ ਨੇ ਸ਼ਬਦਾਂ ਦਾ ਵਿੱਚ ਰੂਪ ਧਾਰਨ ਕਰ ਲਿਆ ਫਿਰ ਹੌਲੀ ਹੌਲੀ ਕਹਿ ਸਕਦੇ ਹਾਂ ਵੀ ਜਿਵੇਂ ਕਿ ਹੋਰ ਵੀ ਮੌਖਿਕ ਭਾਸ਼ਾ ਹੈ ਜੀ ਉਹ ਡਿਵੈਲਪ ਹੋ ਗਈ ਸੋ ਕਾਫੀ ਕੁਝ ਵਿਆਕਰਨ ਵਗੈਰਾ ਲਿਖਤ ਭਾਸ਼ਾ ਇਹ ਹੌਲੀ ਹੌਲੀ ਡਿਵੈਲਪ ਹੋਣੀ ਸ਼ੁਰੂ ਹੋਈ ਬਟ ਸ਼ੁਰੂਆਤੀ ਟਾਈਮ ਦੇ ਵਿੱਚ ਸੰਕੇਤ ਭਾਸ਼ਾ ਹੈ ਜੀ ਆਪਾਂ ਸੰਕੇਤ ਰਾਹੀਂ ਇੱਕ ਦੂਜੇ ਨੂੰ ਗੱਲ ਜੀ ਸਮਝਾਉਂਦੇ ਹੁੰਦੇ ਸੀਗੇ ਸੋ ਆਪਸ਼ਨ ਨੰਬਰ ਫਸਟ ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਮੁੱਢਲੇ ਰੂਪ ਵਿੱਚ ਤੁਸੀਂ ਕਵਿਤਾ ਤੇ ਕਹਾਣੀ ਦੇ ਕਿਹੜੇ ਪੱਖ ਨੂੰ ਸਭ ਤੋਂ ਵੱਧ ਮਹੱਤਵਪੂਰਨ ਮੰਨਦੇ ਹੋ ਸੋ ਦੋਸਤੋ ਇੱਥੇ ਮੁੱਢਲੇ ਰੂਪ ਵਿੱਚ ਤੁਸੀਂ ਕਵਿਤਾ ਦੀ ਗੱਲ ਕੀਤੀ ਜਾ ਰਹੀ ਹੈ ਕਵਿਤਾ ਤੇ ਕਹਾਣੀ ਦੇ ਕਿਹੜੇ ਪੱਖ ਨੂੰ ਸਾਰਿਆਂ ਨਾਲੋਂ ਵੱਧ ਇੰਪੋਰਟੈਂਟ ਮੰਨਿਆ ਜਾ ਸਕਦਾ ਹੈ ਜੀ ਉਹਦੀਆਂ ਕਦਰਾਂ ਕੀਮਤਾਂ ਆਧਾਰਿਤ ਹੋਣ ਉਹ ਕਦਰਾਂ ਕੀਮਤਾਂ ਆਧਾਰਿਤ ਹੋਣ ਕਵਿਤਾਵਾਂ ਤੇ ਕਹਾਣੀਆਂ ਸ਼ਬਦਾਵਲੀ ਦੀ ਦ੍ਰਿਸ਼ਟੀਕੋਣ ਤੋਂ ਅਮੀਰ ਹੋਣ ਜਾਂ ਫਿਰ ਵਿਭਿੰਨ ਤਰ੍ਹਾਂ ਦੀ ਮਹੱਤਵਪੂਰਨ ਨਾਵਾਂ ਅਤੇ ਉਚਾਰਨਾਂ ਨੂੰ ਦੁਹਰਾਇਆ ਜਾਵੇ ਜਾਂ ਫਿਰ ਮਹੱਤਵਪੂਰਨ ਲੇਖਕਾਂ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਸੋ ਦੋਸਤੋ ਸਿਰਫ ਮਹੱਤਵਪੂਰਨ ਲੇਖਕਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਇੰਪੋਰਟੈਂਟ ਹੁੰਦੀਆਂ ਨੇ ਜਾਂ ਫਿਰ ਵਿਭਿੰਨ ਤਰ੍ਹਾਂ ਦੇ ਜਿਹੜੇ ਮਹੱਤਵਪੂਰਨ ਸਿਰਫ ਨਾਵ ਤੇ ਉਚਾਰਨਾਂ ਨੂੰ ਹੀ ਦੁਹਰਾਇਆ ਜਾਵੇ ਜਾਂ ਫਿਰ ਉਹ ਕਦਰਾਂ ਕੀਮਤਾਂ ਤੇ ਆਧਾਰਿਤ ਹੋਣ ਸੋ ਦੋਸਤੋ ਆਪਸ਼ਨ ਨੰਬਰ 2 ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਕਿ ਕਵਿਤਾ ਤੇ ਕਹਾਣੀਆਂ ਹੁੰਦੀਆਂ ਹਨ ਉਹਨਾਂ ਦੀ ਜਿਹੜੀ ਸ਼ਬਦਾਵਲੀ ਤੇ ਦ੍ਰਿਸ਼ਟੀਕੋਣ ਤੋਂ ਇੱਥੇ ਨਾਲੇ ਇਹ ਵੇਖੋ ਜਿਹੜਾ ਸ਼ਬਦ ਲਿਖਿਆ ਹੋਇਆ ਵੀ ਰਿਚ ਹੋਣ ਵੀ ਮਤਲਬ ਕਿ ਭਰਪੂਰ ਹੋਣ ਉਹਨਾਂ ਦੇ ਵਿੱਚ ਸ਼ਬਦਾਵਲੀ ਬਹੁਤ ਹੀ ਜ਼ਿਆਦਾ ਯੂਜ਼ ਕੀਤੀ ਗਈ ਹੋਵੇ ਸ਼ਬਦਾਵਲੀ ਦੇ ਦ੍ਰਿਸ਼ਟੀਕੋਣ ਤੋਂ ਵੀ ਜਿਹੜੇ ਕਹਿ ਸਕਦੇ ਹਾਂ ਵੀ ਕਵਿਤਾਵਾਂ ਤੇ ਕਹਾਣੀਆਂ ਹੁੰਦੀਆਂ ਨੇ ਜੀ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ ਦੋਸਤੋ ਸੋ ਆਪਸ਼ਨ ਨੰਬਰ 2 ਕੀ ਹੈ ਜੀ ਇਹ ਤੁਹਾਡਾ ਸਹੀ ਜਵਾਬ ਹੈ ਵੇਖਦੇ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਭਾਸ਼ਾ ਵਿੱਚ ਵਿਆਕਰਨ ਦੀ ਸਿਖਲਾਈ ਕਿਸ ਨੂੰ ਸੁਧਾਰਨ ਵਿੱਚ ਸਹਾਇਕ ਹੁੰਦੀ ਹੈ ਜਦੋਂ ਵੀ ਕੋਈ ਬੱਚਾ ਵਿਆਕਰਨ ਨੂੰ ਸਿੱਖ ਰਿਹਾ ਹੁੰਦਾ ਸੋ ਉਹਦੇ ਨਾਲ ਕੀ ਬੱਚੇ ਦੀ ਫਲੂਐਂਸੀ ਵਧੇਗੀ ਜਾਂ ਫਿਰ ਕਹਿ ਸਕਦੇ ਹਾਂ ਵੀ ਸ਼ੁੱਧਤਾ ਵਧੇਗੀ ਜਾਂ ਫਿਰ ਫਲੂਐਂਸੀ ਵਧੇਗੀ ਜਿਹਨੂੰ ਆਪਾਂ ਪੰਜਾਬੀ 'ਚ ਪ੍ਰਭਾਵ ਕਹਿੰਦੇ ਹਾਂ ਜਾਂ ਫਿਰ ਸੰਖਿਆਤਮਕਤਾ ਜਾਂ ਫਿਰ ਸਾਖਰਤਾ ਲਿਟਰੇਸੀ ਜਿਹਨੂੰ ਕਹਿ ਦਿੰਦੇ ਹਾਂ ਸੋ ਦੋਸਤੋ ਜਦੋਂ ਵੀ ਵਿਆਕਰਨ ਦੇ ਸਿਖਲਾਈ ਦੇ ਵਿੱਚ ਸੁਧਾਰਨ ਵਿੱਚ ਕਿਹਦੇ ਵਿੱਚ ਸਹਾਇਕ ਹੋਵੇਗੀ ਜੀ ਭਾਸ਼ਾ ਵਿੱਚ ਵਿਆਕਰਨ ਦੀ ਸਿਖਲਾਈ ਉਹਦੇ ਵਿੱਚ ਕਹਿ ਸਕਦੇ ਹਾਂ ਵੀ ਸ਼ੁੱਧਤਾ ਵਿੱਚ ਸੁਧਾਰਨ ਵਿੱਚ ਸਹਾਇਕ ਹੁੰਦੀ ਹੈ ਸੋ ਦੋਸਤੋ ਆਪਸ਼ਨ ਨੰਬਰ 1 ਕੀ ਹੈ ਜੀ ਇਹ ਤੁਹਾਡਾ ਬਿਲਕੁਲ ਹੀ ਸਹੀ ਜਵਾਬ ਹੈ ਸੋ ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਣੇ ਨੈਕਸਟ ਕੁਐਸਚਨ ਤੇ ਲੇਖਨ ਪਰੰਪਰਾ ਵਿੱਚ ਸ਼ਾਮਿਲ ਹੈ ਲੇਖਨ ਪਰੰਪਰਾ ਦੇ ਵਿੱਚ ਕੀ ਸ਼ਾਮਿਲ ਹੈ ਜੀ ਕਥਾ ਦੇ
लाइक करने तो बाद आपके दोस्तों नाल शेयर कर लियो। वैसे तो अज अपनी लास्ट क्लास सी तो दोस्तों कल नूं तुहाडा एग्जाम है, होप सो तुसीं सारे ही वधिया अटैम्प्ट करके आओगे। वैसे सीटेट का एग्जाम मैं पहला भी दसा सकता कि इन्ना कोई खास गल हुंदी नहीं, भी ईजली क्रैक किया जा सकता, तो नॉर्मली वैसे भी बेसिक एग्जाम है जी, इन सारिया गलों तो पता ही होना चाहिए, भी खास इन्नी आप भी नहीं कह सकते कि बिल्कुल ही सौखा हों, बट ये इन्ना खास हों नहीं इस एग्जाम के। सो होप सो तुसी सारे ही अपना जो टैसट है जी उन्होंने वधिया अटैम्प्ट करोगे, तो कल मैं दसोंगे कि थोड़ा जो एग्जाम है जी वो कहो जहा होया। तो दोस्तों अगेन थानू सारे विशो वैरी ऑल द बेस्ट, वधिया वधिया एग्जाम अटैम्प्ट करके आओ, तो लगभग 100+ सारे जो मार्क्स है जोड़े भी अपने व्यूवर्स वेख रहे हैं जी। सो इन्ने मार्क्स थोड़े आने ही चाहिए है जी। सो अज के लिए इन्ना ही, दोबारा जो मौका मिलया मैं किसी थोड़े सबजैक्ट की प्रिपरेशन करवाने का तो मैं जरूर करवाऊँगा जी। तो मुड़ के थानू टैसट पास करन तो बाद भी वैसे भी थानू कदे लोड़ पैंदी है जी, तुसीं मैनू ਇੱਥੇ ਟੈਲੀਗ੍ਰਾਮ 'ਤੇ ਜਾਂ ਫਿਰ ਕਹਿ ਸਕਦੇ ਹਾਂ, ਮੈਂ ਇੱਕ ਵਟਸਐਪ ਨੰਬਰ ਵੀ ਦਿੱਤਾ ਹੋਇਆ ਚੈਨਲ ਦਾ, ਇੱਕ ਆਫਿਸ਼ੀਅਲ ਨੰਬਰ ਵੀ ਹੈਗਾ ਜੀ, ਉਹ ਚੈਨਲ ਦੇ ਅਬਾਊਟ ਦੇ ਵਿੱਚ ਦਿੱਤਾ ਹੋਇਆ। ਤੁਸੀਂ ਕਦੇ ਵੀ ਕੋਈ ਲੋੜ ਪੈਂਦੀ ਆ ਤੁਸੀਂ ਮੈਨੂੰ ਪੁੱਛ ਸਕਦੇ ਹੋ, ਕੋਈ ਵੀ ਗਾਈਡੈਂਸ ਚਾਹੀਦੀ ਹੋਵੇ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਹੈ ਜੀ, ਉਹ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਸੈਸ਼ਨ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਗੋਡ ਬਲੈਸ ਯੂ ਆਲ।